ਅਮਰੀਕਾ ਚ ਗਲੋਬਲ ਪੰਜਾਬ ਟੀਵੀ ਤੇ ਕੈਨੇਡਾ ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਜਗਤਾਰ ਸਿੰਘ ਸਿੱਧੂ ਵੱਲੋਂ ਨਜ਼ਰੀਆ ਦੇ ਡਿਬੇਟ ਪ੍ਰੋਗਰਾਮ ਚ ਸਵਾਗਤ ਹੈ ਜੇ ਪੰਜਾਬ ਦੀਆਂ ਰਾਜਸੀ ਘਟਨਾਵਾਂ ਦੀ ਗੱਲ ਕਰੀਏ ਤਾਂ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਚੋਂ ਇਕੱਠੇ ਹੋ ਕੇ ਚੰਡੀਗੜ੍ਹ ਦੇ ਵਿੱਚ ਮਜ਼ਾਰਾ ਕੀਤਾ ਮੰਗ ਪੱਤਰ ਦਿੱਤਾ ਐਨੀ ਗਰਮੀ ਦੇ باوجود ਵੱਖ-ਵੱਖ ਹਿੱਸਿਆਂ ਤੋਂ ਜਿਹੜੇ ਉਹਨਾਂ ਦੇ ਹਮਾਇਤੀ ਹੈ ਉਹ ਚੰਡੀਗੜ੍ਹ ਚ ਖਾਸ ਤੌਰ ਤੇ ਮੋਹਾਲੀ ਦੇ ਵਿੱਚ ਇਕੱਠੇ ਹੋਏ ਇਹ ਵੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਰਹਿائش ਦੇ ਬਾਹਰ ਆ ਕੇ ਉਹਨਾਂ ਦਾ ਮੰਗ ਪੱਤਰ ਲਿਆ ਇਸ ਵੇਲੇ ਜਿੱਦਾਂ ਦਾ ਪੰਜਾਬ 'ਚ ਰਾਜਸੀ ਮਾਹੌਲ ਬਦਲ ਰਿਹਾ ਹੈ ਉਹਦੇ ਨਾਲ-ਨਾਲ ਕਈ ਵਾਰੀ ਇਹੋ ਜਿਹੇ ਮੁੱਦਿਆਂ ਤੇ ਆਮ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿਹੜੇ ਮੁੱਦੇ ਆ ਕਿਹੜੀਆਂ ਗੱਲਾਂ ਤੇ ਟਕਰਾਹ ਹੋ ਰਿਹਾ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਅੱਜ ਡਿਬੇਟ ਦੇ ਨਾਲ ਜਿਹੜੇ ਮੇਰੇ ਖਾਸ ਮਹਿਮਾਨ ਜੁੜੇ ਨੇ ਜੰਗਬੀਰ ਸਿੰਘ ਜੀ ਜਿਹੜੇ ਕਿ ਪੰਜਾਬ ਸਰਕਾਰ ਦੇ ਮੀਡੀਆ ਸਲਾਹਕਾਰ ਕਨਸੀਦੀ ਸਿੰਘ ਕੰਬੋਜ਼ ਆਮ ਆਦਮੀ ਪਾਰਟੀ ਦੇ ਸਿਨੇ ਨਾਗੂ ਗੁਰਵਿੰਦਰ ਸਿੰਘ ਬਾਲੀ ਕਾਂਗਰਸ ਦੇ ਸਕੱਤਰ ਮੈਂ ਤੈਨਾਂ ਹੀ ਆਪਣੇ ਮਹਿਮਾਨਾਂ ਨੂੰ ਇਸ ਪੈਨਲ ਤੇ ਆਉਣ ਦੇ ਲਈ ਜੀ ਆਖਦਾ ਓਕੇ ਜਿੱਦਾਂ ਆਪਾਂ ਗੱਲ ਸ਼ੁਰੂ ਕਰੀਏ ਜੰਗਵੀਰ ਜੀ ਇਸ ਮੁੱਦੇ ਤੇ ਜਦੋਂ ਆਪਾਂ ਆਮ ਆਦਮੀ ਪਾਰਟੀ ਦੀ ਅੱਜ ਮਜਾਰੇ ਦੀ ਗੱਲ ਕਰਦੇ ਆਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਇੱਕ ਹਰ ਪਾਰਟੀ ਦਾ ਆਪਣਾ ਇੱਕ ਹੱਕ ਵੀ ਹੁੰਦਾ ਨੇ ਨੇ ਕਲੇਮ ਕੀਤਾ ਇਸ ਗੱਲ ਦਾ ਕਿ ਬਹੁਤ ਵੱਡਾ ਹੰਗਾਰਾ ਉਹਨਾਂ ਦੇ ਡਿਮੋਨਸਟ੍ਰੇਸ਼ਨ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ ਅ ਕਿਉਂਕਿ ਤੁਹਾਡਾ ਚੈਨਲ ਹੈ ਆਪਣਾ ਬਾਹਰ ਦੇਖਿਆ ਜਾਂਦਾ ਹੈ ਤੇ ਮੈਂ ਤੇ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ 15 ਦਿਨ ਪਹਿਲੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਫਲॉप ਸ਼ੋਅ ਦੇਖਿਆ ਨਾਰਥ ਅਮਰੀਕਾ 'ਚ ਅੱਜ ਜੋ ਸੋਸ਼ਲ ਮੀਡੀਆ ਦੇਖ ਲੈਣ ਤਾਂ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਜਿਹੜਾ ਫਲॉप ਸ਼ੋਅ ਸੀ ਉਹ ਵੀ ਨਜ਼ਰ ਆ ਜਾਏਗਾ ਓਕੇ ਵੱਧ ਤੋਂ ਵੱਧ ਮੇਰੇ ਸਾਹਮਣੇ ਲਿਆ ਮੈਂ ਕੀ ਕਹਾਂ ਕਿਉਂ ਕਹਾਂ ਆਪਣੇ ਸਾਹਮਣੇ ਜਿਹੜੇ ਕਈ ਜਰਨਲਿਸਟ ਵੀ ਗਏ ਹੋਰ ਵੀ ਲੋਕ ਗਏ 2.5-3000 ਲੋਕ ਇਕੱਠੇ ਕਰ ਸਕੇ ਹੂੰ ਦਾਵਾ ਇਹਨਾਂ ਦਾ ਸੀਗਾ ਕਿ 1 ਲੱਖ ਆਦਮੀ ਉੱਥੇ ਆਏਗਾ ਔਰ ਮੈਂ ਤੁਹਾਨੂੰ ਕਹਾਂਗਾ ਗੱਲ ਸਿਰਫ ਗਿਣਤੀ ਦੀ ਨਹੀਂ ਹੈ ਗੱਲ ਇਹ ਹੈ ਕਿ ਜਿਹੜਾ ਪੰਜਾਬੀ ਫਾਰਮਰ ਹੈ ਉਹਨੇ ਸ਼ੋ ਨੂੰ ਬਾਇਕਾਟ ਕਰਤਾ ਓਕੇ ਕਾਫੀ ਲੋਕ ਤੇ ਸੰਜੇ ਸਿੰਘ ਜੀ ਦੇ ਆਪਣੇ ਏਰੀਆ ਤੋਂ ਯੂਪੀ ਤੋਂ ਹੀ ਆਏ ਸੀਗੇ ਅੱਛਾ ਹਾਂ ਸੋ ਆਊਟਸਾਈਡਰ ਵੀ ਬਹੁਤ ਸੀਗੇ ਤੇ ਤੀਜੀ ਗੱਲ ਇਹ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਇਹ ਆਪਣਾ ਨਾ ਇਹ ਜਿਹੜਾ ਸ਼ੋ ਹੈ ਇਹਨੇ ਕਿਸਮ ਨਾਲ ਨਾ ਆਪਣਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਟਰੂ ਅਸਲੀ ਚਿਹਰਾ ਹੈ ਉਹ ਲੋਕਾਂ ਅੱਗੇ ਨੰਗਾ ਕਰਦਾ ਉਹ ਕਿਉਂਕਿ ਜੰਗ ਕਿਉਂਕਿ ਹੁਣ ਜਿਹੜੇ ਸਕਸੈਸਿਵ ਬਿਟਰੇਲ ਹੋਏ ਸੀਗੇ ਐਸਆਲ ਇਸ਼ੂ ਤੇ ਬਿਟਰੇਲ ਹੋਇਆ ਪੰਜਾਬੀ ਫਾਰਮਰਾਂ ਨਾਲ ਜੰਗੀ ਜੀ ਹੋਰ ਸਿੱਖ ਇਸ਼ੂਸ ਤੇ ਬਿਟਰੇਲ ਹੋਏ ਇਹ ਸਾਰੇ ਬਿਟਰੇਲਸ ਕਰਕੇ ਜਿਹੜੇ ਪੰਜਾਬੀ ਸੀ ਪੰਜਾਬੀਆਂ ਨੇ ਇਹ ਜਿਹੜਾ ਡਿਮੋਨਸਟ੍ਰੇਸ਼ਨ ਹੈ ਇਹਨੂੰ ਬਾਇਕਾਟ ਕੀਤਾ ਉਹ ਕਿ ਜੰਗੀ ਜੀ ਮੈਂ ਮੁੱਦਿਆਂ ਤੇ ਵੀ ਗੱਲ ਕਰਦਾ ਤੁਹਾਡੇ ਨਾਲ ਜਿਹੜਾ ਹੈਗਾ ਕਰਨ ਸਿੰਘ ਕੰਬੋ ਜਿਹੜਾ ਜੰਗਵੀਰ ਨੇ ਬਿਲਕੁਲ ਇਹ ਗੱਲ ਟੁਨਕਾ ਕੇ ਕਹੀ ਹੈ ਕਿ ਵੀ ਫਲॉप ਸ਼ੋਅ ਸੀ ਅੱਜ ਦਾ ਜੰਗਬੀ ਜੀ ਮੇਰੇ ਅਜ਼ੀਜ਼ ਨੇ ਬੜੇ ਪੁਰਾਣੇ ਦੋਸਤ ਨੇ ਪਰ ਬਾਦਲ ਸਾਹਿਬ ਦੀ ਕੰਪਨੀ ਚ ਪੈ ਕੇ ਏਡਾ ਵੱਡਾ ਝੂਠ ਬੋਲ ਰਹੇ ਨੇ that is a ਮੈਂ ਸਰਦਾਰ ਜੰਗਵੀਰ ਸਿੰਘ ਹੋਣਾ ਤਾਂ ਐਕਸਪੈਕਟ ਨਹੀਂ ਸੀ ਕਰਦਾ ਅਸੀਂ ਕਿਹਾ ਸੀ ਕਿ 1 ਲੱਖ ਬੰਦਾ ਲੇਕਿਨ ਆਮ ਖਿਆਲ ਹੈ ਕਿ ਲੱਖ ਤੋਂ ਕਿਤੇ ਜ਼ਿਆਦਾ ਲੋਕ ਉੱਥੇ ਪਹੁੰਚੇ ਸੜਦੀ ਹੋਈ ਧੁੱਪ ਚ ਪਹੁੰਚੇ ਆਪਣੇ ਪੈਸੇ ਖਰਚ ਕੇ ਪਹੁੰਚੇ ਔਰ ਮਤਲਬ ਵੈਨ ਹਰੀ ਪ੍ਰਸਾਦ ਬਿਸਮਿਲ ਜੀ ਦੀ ਇੱਕ ਸ਼ੇਰ ਯਾਦ ਆਉਂਦਾ ਹੈ ਖੀਚ ਕਰ ਲਈ ਹੈ इनको जान देने की उम्मीद खींच कर लाई है इनको जान देने की उम्मीद कि आज ਪਰਵਾਨੋ का जमघट कूचे मक्तल में है आज ਉਥੇ ਪਰਵਾਨੇ ਇਕੱਠੇ ਹੋਏ ਸੀ ਉਹ ਲੋਕ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਜਿਹੜੇ ਤਰਾ ਤਰਾ ਕਰ ਰਹੇ ਨੇ ਜਿਹੜੇ ਇਸ ਨਿਜ਼ਾਮ ਤੋਂ ਛਡਕਾਰਾ ਪਾਉਣਾ ਚਾਹੁੰਦੇ ਨੇ ਉਹ ਲੋਕ ਆਪਣੀਆਂ ਆਪਣੀਆਂ ਗੱਡੀਆਂ ਚੁੱਕ ਕੇ ਤੁਸੀਂ ਦੇਖੋ ਕਿ ਨਜ਼ਾਰਾ ਜਿਹੜਾ ਕਦੇ ਕਿਸੇ ਰਾਜਸੀ ਪਾਰਟੀ ਦੇ ਕੱਠ ਚ ਨਹੀਂ ਹੋਇਆ ਕਿ ਟਰੱਕ ਦੇ ਉੱਤੇ ਜਿੱਦਾਂ ਮੇਲਿਆਂ ਤੇ ਜਾਂਦੇ ਨੇ ਬਾਬਿਆਂ ਦੇ ਉਦਾਂ ਟਰੱਕਾਂ ਦੇ ਵਿੱਚ ਦੋ ਦੋ ਛੱਤਾਂ ਬਣਾ ਕੇ ਲੋਕ ਉੱਤੇ ਪਹੁੰਚੇ ਔਰ ਜੰਗਵੀਰ ਜੀ ਕਹਿੰਦੇ ਨੇ ਕਿ ਗਾਉਂ ਤੇ ਕੋਈ ਨਹੀਂ ਨਜ਼ਰ ਆਇਆ ਸੋਸ਼ਲ ਮੀਡੀਆ ਤੇ ਕਿ ਮੈਂ ਆਈ ਰੀ ਸਰਪ੍ਰਾਈਜ਼ ਜੰਗਵੀਰ ਸਿੰਘ ਨੇ ਜਿੱਦਾਂ ਲੋਕ ਆਏ ਆਈ ਮੈਂ ਕੁਝ ਬੰਦਾ ਝੂਠ ਬੋਲਣ ਦੀ ਲਿਮਟ ਹੋਵੇ ਨਾ ਹੂੰ ਇਹਦਾ ਸੁਖਵੀਰ ਬਾਦਲ ਤੋਂ ਜਿਹੜਾ ਹੈਗਾ ਇਹਨਾਂ ਨੇ ਇੰਨਾ ਕੁਝ ਸਿੱਖ ਲਿਆ ਜੰਗਵੀਰ ਜੀ ਦਾ ਅਸਰ ਜਿਹੜਾ ਹੈ ਜੋ ਫੈਕਟਸ ਹੈ ਉਹ ਜਿਹੜਾ ਸੁਖਵੀਰ ਬਾਦਲ ਦਾ ਅਸਰ ਜੰਗਵੀਰ ਉਹਨਾਂ ਤੇ ਥੈਟ ਇਜ਼ ਨਾਟ ਕੁਝ ਚੰਗੀ ਚੀਜ਼ਾਂ ਗ੍ਰੈਂਡ ਕਰਨੀਆਂ ਚਾਹੀਦੀਆਂ ਨਾ ਸੁਖਵੀਰ ਬਾਦਲ ਦੇ ਗਪੌੜ ਚੰਗੀ ਜਿਹੜੇ ਤੁਸੀਂ ਉਹ ਉਹ ਤੁਸੀਂ ਕਰਨ ਲੱਗ ਪਏ ਫੈਕਟਸ ਦੀ ਗੱਲ ਕਰ ਲੈ ਮੈਂ ਤੁਹਾਨੂੰ ਪ੍ਰੋਮਿਸ ਕਰਨਾ ਹੂੰ ਕਿ ਯੂਪੀ ਤੋਂ ਜੇ ਸੰਜੇ ਸਿੰਘ ਤੋਂ ਬਿਨਾ ਇੱਕ ਵੀ ਬੰਦਾ ਹੋਰ ਆਇਆ ਹੋਵੇ ਤਾਂ ਮੈਂ ਰਾਜਨੀਤੀ ਛੱਡ ਦੂੰ ਤੁਸੀਂ ਕਿਹਾ ਬਹੁਤ ਬੰਦੇ ਆਏ ਆਪਾਂ ਇੰਨੇ ਲੰਬੀ ਸਿਰ ਤੋਂ ਨਾਲ ਆਏ ਇੱਕ ਵੀ ਹਰ ਮੈਂ ਮੈਂ ਕਹਿੰਦਾ ਮੈਂ ਕਾਫੀ ਆਊਟਸਾਈਡਰ ਆਏ ਪੰਜਾਬੀ ਫਾਰਮਰ ਤੇ ਪਹੁੰਚਿਆ ਹੀ ਨਹੀਂ ਮੈਂ ਮੈਂ ਕਹਿ ਰਿਹਾ ਕਿ ਇਹਨਾਂ ਨੇ ਏਡੀ ਵੱਡੀ ਗੱਲ ਕੀਤੀ ਕਿ ਬੰਦੇ ਯੂਪੀ ਤੋਂ ਆਏ ਮੈਂ ਕਹਿੰਦਾ ਸੰਜੇ ਸਿੰਘ ਤੋਂ ਬਿਨਾ ਜੇ ਇੱਕ ਬੰਦਾ ਵੀ ਹੋਰ ਆਇਆ ਤਾਂ ਮੈਂ ਰਾਜਨੀਤੀ ਛੱਡ ਦੂੰ ਓਕੇ ਓਕੇ ਬਿਲਕੁਲ ਤੁਹਾਡਾ ਦਾਵਾ ਹੈਗਾ ਇਸ ਗੱਲ ਦਾ ਬਲੀ ਜੀ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿੱਦਾਂ ਕੈਪਟਨ ਅਮਰਿੰਦਰ ਦਾ ਪਹਿਲਾ ਫਲੌਪ ਸ਼ੋ ਜਿਹੜਾ ਉਹਨਾਂ ਨੂੰ ਰਿਸਪਾਂਸ ਨਹੀਂ ਮਿਲਿਆ ਬਾਅਦ ਜਿਹੜੇ ਗਏ ਆ ਉਹਦੇ ਤੇ ਉਸ ਤੋਂ ਬਾਅਦ ਚ ਹੁਣ ਜਿਹੜਾ ਇਹਨਾਂ ਲੱਗਦਾ ਕਿ ਜਿਹੜੀਆਂ ਪੰਜਾਬ ਦੀਆਂ ਵਿਰੋਧੀ ਤਰ੍ਹਾਂ ਹੈਗੀਆਂ ਉਹਨਾਂ ਨੂੰ ਹੰਗਾਰਾ ਨਹੀਂ ਹੈ ਜਿੱਦਾਂ ਦਾ ਦੋਨੇ ਪਾਰਟੀਆਂ ਕਲੇਮ ਕਰਦੀਆਂ ਆਪੋ ਆਪਣਾ ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਪੀਸੀਸੀ ਦੇ ਪ੍ਰੈਜ਼ੀਡੈਂਟ ਨੇ ਹੁਣ ਮੈਂ ਫੋਰਨ ਕੰਟਰੀ ਤੇ ਜ਼ਿਆਦਾ ਇਹਨਾਂ ਦੇਖ ਨਹੀਂ ਪਾਇਆ ਜੋ ਮੈਂ ਦੇਖ ਰਿਹਾ ਸੀ ਜੋ ਲੋਕਾਂ ਨੇ ਸੁਣਿਆ ਹੈ ਇਸ ਸੰਭਾਵੀ ਗੱਲਾਂ ਹੁੰਦੀਆਂ ਨੇ ਉਹ ਉੱਥੇ ਗਏ ਨੇ ਕਿ ਕਵਜੇ ਐਲੀਮੈਂਟਸ ਨੇ ਉਹਨਾਂ ਦਾ ਬਾਈਕਾਟ ਕੀਤਾ ਜਾਂ ਕਿ ਕਵਜੇ ਬੰਦਿਆਂ ਨੇ ਉਹ ਕੀਤਾ ਉਹ ਵੀ ਸਾਨੂੰ ਪਤਾ ਇਸ ਚੀਜ਼ ਦਾ ਇਹਨਾਂ ਨੂੰ ਵੀ ਪਤਾ ਹੈ ਉਸ ਚੀਜ਼ ਦਾ ਬਾਕੀ ਆਮ ਲੋਕਾਂ ਨੇ ਬਹੁਤ ਹੋਇਆ ਹੈ ਨਾ ਹਾਂ ਇਹਨਾਂ ਨਾਲ ਤਾਂ ਮੈਂ ਇਹਨਾਂ ਦੇ ਹਾਰਿਆ ਸੀ ਤੇ ਮਤਲਬ ਇਹੋ ਜੀ ਪੋਜੀਸ਼ਨ ਨਹੀਂ ਆਈ ਕਿ ਜਿਹੜੀ ਜੋ ਅਕਾਲੀ ਦਲ ਨਾਲ ਹੋਇਆ ਠੀਕ ਹੈ ਅਗਰ ਕੋਈ ਮਾੜੀ ਸ਼ਿਟਪੁੱਟ ਅਗਰ ਕੋਈ ਗੱਲ ਹੋਈ ਹੈ ਮਗਰ ਲੋਕਾਂ ਨੇ ਫਿਰ ਵੀ ਉਹਨਾਂ ਨੂੰ ਸਰਾਇਆ ਉੱਥੇ ਉਹਨਾਂ ਨੇ ਲੋਕਾਂ ਨੇ ਗੱਲ ਕੀਤੀ ਉਹਨਾਂ ਨੇ ਮਗਰ ਤੁਹਾਨੂੰ ਪਤਾ ਬਾਹਰ ਦੀ ਕੰਟਰੀ ਹੈ ਬਾਹਰ ਦੇ ਸਿਸਟਮ ਨਾਲ ਚੱਲਦੇ ਨੇ ਠੀਕ ਹੈ ਦੂਜੀ ਕਿ ਇਹ ਵੀ ਇੱਥੇ ਕਿਹੜਾ ਸਾਡਾ ਫਲॉप ਸ਼ੋ ਸੀ ਸੀ ਇਨ ਪੰਜਾਬ ਅਮਰਿੰਦਰ ਸਿੰਘ ਜੀ ਦੀ ਅਗਰ ਕੋਈ ਵੀ ਰੈਲੀ ਹੋਈ ਹੈ ਕਾਂਗਰਸ ਦੀ ਅਗਰ ਕੋਈ ਵੀ ਰੈਲੀ ਹੋਈ ਹੈ ਕਿਤੇ ਵੀ ਕੋਈ ਫਲॉप ਸ਼ੋ ਨਹੀਂ ਸੀਗਾ ਓਕੇ ਹਾਂ ਤੁਸੀਂ ਹੁਣ ਆਮ ਬਾਡੀ ਦੀ ਗੱਲ ਕਰੋ ਤੇ ਮੇਰਾ ਖਿਆਲ ਆ ਵੀ ਆਪਾਂ ਅਗਰ ਕ੍ਰਿਟੀਸਾਈਜ਼ ਕਰੀਏ ਕਿਸੇ ਚੀਜ਼ ਨੂੰ ਤੇ ਉਹ ਚੰਗੀ ਗੱਲ ਨਹੀਂ ਲੱਗੇਗੀ ਅਗਰ ਕੋਈ ਸਚਾਈ ਹੋਵੇ ਆਪਾਂ ਨੂੰ ਜ਼ਰੂਰ ਦੱਸਣੀ ਚਾਹੀਦੀ ਹੈ ਉਹਦੇ ਵਿੱਚ ਮਤਲਬ ਮੈਂ ਨਹੀਂ ਦੇਖੋ ਇੱਕ ਡੈਮੋਕ੍ਰੇਸੀ ਦੇ ਅੰਦਰ ਅਗਰ ਆਮ ਪਾਰਟੀ ਨੇ ਔਰ ਗਵਰਨਮੈਂਟ ਨੇ ਅਗਰ ਕੋਈ ਮੁਜ਼ਾਹਰਾ ਕੀਤਾ ਤਾਂ ਲੋਕਾਂ ਨੂੰ ਅਵੇਅਰਨੈਸ ਕਰਨ ਵਾਸਤੇ ਮੁਜ਼ਾਹਰਾ ਕੀਤਾ ਹੈ ਕਿ ਇੱਥੇ ਦੀ ਗਵਰਨਮੈਂਟ ਆ ਕਰ ਰਹੀ ਹੈ ਔਰ ਦੁਨੀਆ ਦੇ ਵਿੱਚ ਹਰ ਜਗ੍ਹਾ ਅਵੇਅਰਨੈਸ ਵਾਸਤੇ ਲੋਕ ਜਿਹੜੇ ਨੇ ਉਹ ਮੁਜ਼ਾਹਰੇ ਕਰਦੇ ਨੇ ਗਵਰਨਮੈਂਟ ਦਾ ਰੈਂਗੇਜ ਸੀ ਗਵਰਨਮੈਂਟ ਦਾ ਜਿਹੜਾ ਫਰਜ਼ ਸੀ ਉਹ ਉਹਨਾਂ ਨੂੰ ਰੋਕਣਾ ਸੀ ਕਿ ਨਿਊਸੈਂਸ ਕ੍ਰੀਏਟ ਨਾ ਹੋਵੇ ਚੰਡੀਗੜ੍ਹ ਦੇ ਅੰਦਰ ਐਂਡ ਪੰਜਾਬ ਦੇ ਅੰਦਰ ਇਹ ਵੀ ਇੱਕ ਬੜੀ ਵੱਡੀ ਗੱਲ ਸੀ ਮਗਰ ਆਪਾਂ ਕਹੀਏ ਕਿ ਮੁਜਾਰਾ ਫੇਲ ਹੋ ਗਿਆ ਇਹ ਬਿਲਕੁਲ ਗਲਤ ਹੈ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਦੂਜੀ ਗੱਲ ਇੱਕ ਸੈਕਿੰਡ ਸਰ ਦੂਜੀ ਗੱਲ ਇਹ ਹੈ ਕਿ ਮੈਂ ਆਪ ਮੁਹਾਲੀ ਦੇ ਵਿੱਚ ਉਹ ਚੀਜ਼ ਦੇਖੀ ਹੈ ਕਿਉਂਕਿ ਮੇਰੇ ਮੁਹਾਲੀ ਵਿੱਚ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਮੈਂ ਆਪ ਦੇਖੀਏ ਕਿ ਸਾਰੇ ਤਰਫ ਬੈਰੀਕਡ ਲੱਗੇ ਹੋਏ ਸੀ ਚੰਡੀਗੜ੍ਹ ਚ ਐਂਟਰ ਨਹੀਂ ਕਰਨ ਦਿੱਤਾ ਇੱਕ ਡੀਏਜੀ ਅਫੀਸਰ ਆਈਪੀਐਸ ਲੈਵਲ ਦਾ 3000 ਬੰਦਾ ਲਾ ਕੇ ਖੜਾ ਸੀ ਕਿਹੜਾ ਪਰ ਮਾਰੇਗਾ ਜੀ ਚੰਡੀਗੜ੍ਹ ਦੇ ਵਿੱਚ ਉਸ ਤੋਂ ਬਾਵਜੂਦ ਵੀ ਮੇਰਾ ਆਪ ਪਾਰਟੀ ਨੂੰ ਕੋਈ ਮਤਲਬ ਨਹੀਂ ਹੈਗਾ ਮਗਰ ਮੈਂ ਤੁਹਾਡੇ ਟੀਵੀ ਦੇ ਉੱਤੇ ਅਗਰ ਟੀਵੀ ਅਗਰ ਸੱਚਾਈ ਦਿਖਾਂਦਾ ਹੈਗਾ ਵੇ ਤੇ ਤੁਸੀਂ ਜਰੂਰ ਮੈਂ ਪੰਜਾਬ ਗਲੋਬਲ ਟੀਵੀ ਨੂੰ ਇੰਨੀ ਗੱਲ ਕਹਾਂਗਾ ਕਿ ਜਰੂਰ ਇਹ ਸੱਚਾਈ ਦਿਖਾਣ ਕਿ ਇਹ ਠੀਕ ਹੈ ਕਿ ਲੋਕ ਆਈਸੀ ਲੋਕਾਂ ਨੇ ਮਜ਼ਾਰਾ ਕੀਤਾ ਮਗਰ ਮੈਂ ਗਿਣਤੀ ਨਹੀਂ ਵੇਖੀ ਮਗਰ ਬੱਸਾਂ ਕਾਰਾਂ ਬੰਦੇ ਬਹੁਤ ਦਿਖੇ ਓਕੇ ਓਕੇ ਬਿਲਕੁਲ ਤੁਹਾਡਾ 뷰ਪੰਟ ਆ ਗਿਆ ਬ੍ਰੇਕ ਤੋਂ ਪਹਿਲਾਂ ਜੰਗਵੀਰ ਮੈਂ ਇਹ ਜਰੂਰ ਤੁਹਾਡੇ ਕੋਲ ਜਾਣਨਾ ਚਾਹੁੰਦਾ ਜਿੰਨਾਂ ਨੇ ਕਹਿੰਦੇ ਕਿ ਨਹੀਂ ਜਿਹੜਾ ਹੈਗਾ ਕਾਫੀ ਵੱਡੀ ਗਿੰਦੀ ਚ ਲੋਕ ਵੀ ਆਏ ਉਹ ਸਰਕਾਰ ਦੀ ਸ਼ਕਤੀ ਵੀ ਜੰਗਵੀਰ ਇੱਕ ਲਾਈਨ ਇੱਕ ਸਿਰਫ ਇੱਕ ਲਾਈਨ ਦੀ ਗੱਲ ਕਰਨੀ ਚਾਹੀਦੀ ਚਲੋ ਜੰਗਵੀਰ ਜੀ ਪਹਿਲਾਂ ਸਿਰਫ ਇੱਕ ਲਾਈਨ ਦੀ ਪਾਰਟੀ ਨੂੰ ਕਹਿ ਲੈਂਦੇ ਹਾਂ ਜੀ ਜੀ ਬਿਲਕੁਲ ਕਿ 15000 ਤਾਂ ਜਿਹੜੇ ਹੈ ਉਹ ਪੁਲਿਸ ਫੋਰਸ ਇੱਥੇ ਸੱਦੀ ਹੋਈ ਸੀਗੀ ਪੂਰੇ ਪੰਜਾਬ ਤੋਂ ਜੇ 15000 ਹੋ ਰਹੀ ਤੇ ਉਹ ਬਾਕੀ ਕਿੰਨੇ ਸੀਗੇ ਮੈਂ ਜਗਜੀਤ ਜੀ ਆ ਬਰੀ ਸਾਰ ਜੀ 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 ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਕਿ ਜੰਗਵੀਰ ਜੀ ਮੈਂ ਤਾਂ ਇਹ ਕਹਿਣਾ ਚਾਹਾਂਗਾ ਜੀ ਪਿਛਲੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਦੇਖ ਰਹੇ ਹਾਂ ਥੇਰ ਇਜ਼ ਅ ਕਲੂਜ਼ਨ ਬੀਟਵੀਨ ਆਪ ਐਂਡ ਕਾਂਗਰਸ ਇੱਕ ਦੂਜੇ ਦੇ ਏ ਤੇ ਬੀ ਟੀਮ ਬਣ ਗਏ ਨੇ ਓਕੇ ਇਹ 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 ਪਾਰਲੀਮੈਂਟ ਚ ਵੀ ਇਹ ਪਾਰਲੀਮੈਂਟ ਚ ਵੀ ਦੇਖਿਆ ਗਿਆ ਕੀ ਕਹਿ ਸਕਦੇ ਹੋ ਇਹ ਪਾਰਲੀਮੈਂਟ ਚ ਇਹ ਪਾਰਲੀਮੈਂਟ ਚ ਵੀ ਦੇਖਿਆ ਗਿਆ ਜਦੋਂ ਸਹਿਜਦਾਰੀਆਂ ਦਾ ਮੁੱਦਾ ਸੀਗਾ ਆਪ ਤੇ ਆਪਣਾ ਕਾਂਗਰਸ ਦੇ ਗਰੁੱਪ ਟੁਗੇਦਰ ਜੀ ਟੂ ਆਪਣਾ ਆਪੋਜ਼ ਦਿਸ ਮੂਵ ਜੀ ਜੀ ਸੋ ਕਈ ਮੁੱਦਿਆਂ ਤੇ ਇਕੱਠੇ ਚੱਲਦੇ ਨੇ ਹੁਣ ਇੱਕ ਦਾ ਫਲੌਪ ਸ਼ੋ ਹੋਇਆ ਦੂਜਾ ਉਹ ਅਪਰੂਵ ਹੋ ਗਿਆ ਫਲॉप 쇼 ਹੋ ਗਿਆ ਨਾਰਥ ਅਮਰੀਕਾ ਚ ਤੁਸੀਂ ਸਾਰੇ ਤੁਹਾਡੇ ਸ਼ਰੋਤਿਆਂ ਨੇ ਵੀ ਦੇਖਿਆ ਫਲॉप 쇼 ਹੋਇਆ ਕਿ ਨਹੀਂ ਹੋਇਆ ਦੂਜਾ ਤਾਂ ਦੋ ਦਿਨਾਂ ਚ ਅਪਰੂਵ ਹੋ ਜਾਣਾ ਤੁਹਾਡੇ ਮੋਬਾਈਲ ਚ ਵੀ ਹੈ ਮੇਰੇ ਮੋਬਾਈਲ ਚ ਵੀ ਹੈ ਕਿ ਕਿੰਨਾ ਵੱਡਾ ਮੈਦਾਨ ਸੀ ਸਾਰੇ ਸਟੇਜ ਤੋਂ ਮੰਨਤਾ ਕਰ ਰਹੇ ਸੀ ਕਿ ਅੱਗੇ ਆ ਜਾਓ ਖੜੇ ਹੋ ਜਾਓ ਫੋਟੋ ਤੇ ਲੈ ਲਈਏ ਤੇ ਬੰਦਾ ਕੋਈ ਸੀਗਾ ਨਹੀਂ ਉਹਦੇ ਬਾਅਦ ਹੁਣ ਕਹਿਣਾ ਕਿ ਠੀਕ ਹੈ ਹੁਣ ਉਹ ਕਹਿੰਦੇ ਨੇ ਜੇ ਇਹਨਾਂ ਦਾ ਵੀ ਨਹੀਂ ਸੀ ਅਸੀਂ ਮੰਨਦੇ ਇਹ ਵੀ ਠੀਕ ਸੀ ਇਹ ਵੀ ਠੀਕ ਸੀ ਇਹ ਤਾਂ ਕੋਈ ਗੱਲ ਨਹੀਂ ਹੁਣ ਤੁਹਾਡਾ ਮਤਲਬ ਇਹ ਤੁਹਾਡਾ ਮਤਲਬ ਇਹ ਹੈ ਕਿ ਨਾ ਸੱਚਾਈ ਨੂੰ ਡਰ ਨਹੀਂ ਕਰਦਾ ਮੇਰਾ ਨਾ ਨਾ ਕੀ ਮਤਲਬ ਹੈ ਮੇਰੀ ਪਾਰਟੀ ਕਾਂਗਰਸੀ ਇਹਨਾਂ ਦੀ ਪਾਰਟੀ ਆਪ ਹੈ ਜੋ ਮੈਂ ਮੋਹਾਲੀ 'ਚ ਵਿਖਿਆ ਤੁਹਾਨੂੰ ਦੱਸਤਾ ਭਲੀ ਜਿਹੜਾ ਇਹਨਾਂ ਦੇ ਐਲੀਗੇਸ਼ਨ ਵਿੱਚ ਇਸ ਮੁੱਦੇ ਤੇ ਹੋਣਾ ਮੈਂ ਕਨਨ ਸਿਟੀ ਕਮੋਜ ਕਨਨ ਸਿਟੀ ਕਮੋਜ ਇੱਕ ਸੈਕਿੰਡ ਮੈਂ ਆਉਣਾ ਹੈ ਇਸ ਮੁੱਦੇ ਤੇ ਦੁਆਰਾ ਵਕਤ ਦੀ ਛੋਟੀ ਜੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਆਪਾਂ ਇਸ ਮੁੱਦੇ ਤੇ ਵਾਪਸ ਆ ਰਹੇ ਹਾਂ ਨਜ਼ਰੀਆ ਪ੍ਰੋਗਰਾਮ 'ਚ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਕਨਨ ਸਿਟੀ ਕਮੋਜ ਖਾਸ ਤੌਰ ਤੇ ਜਿਹੜੇ ਇਹਨਾਂ ਨੇ ਇਹ ਗੱਲ ਕਹੀ ਹੈ ਜੰਗਵੀਰ ਉਹਨਾਂ ਨੇ ਕਿ ਵੀ ਇਸ ਵੇਲੇ ਦੋਨੇ ਪਾਰਟੀਆਂ ਇੱਕ ਦੂਜੇ ਦੀ ਸਪੋਰਟ ਦੇ ਉੱਤਰੀਆਂ ਤੇ ਇਹ ਤੇ ਉਹ ਤੁਹਾਡੀ ਸਪੋਰਟ ਕਰ ਰਿਹਾ ਤੁਸੀਂ ਉਹਨਾਂ ਦੀ ਕਰ ਰਹੇ ਨਹੀਂ ਨਹੀਂ ਦੇਖੋ ਜੇ ਅਸੀਂ ਮੁੱਦਾ ਸੀ ਅੱਜ ਕਿ 20000 ਕਰੋੜ ਰੁਪਏ ਦਾ 12000 ਕਰੋੜ ਰੁਪਏ ਦਾ ਸੌਰੀ 12000 ਕਰੋੜ ਰੁਪਏ ਦਾ ਕੈਗ ਦੀ ਰਿਪੋਰਟ ਹੈ ਕਿ ਉਹ ਅਨਾਜ ਹੈ ਨਹੀਂ ਰਾਈਟ ਅਸੀਂ ਉਸ ਨੂੰ ਲੈ ਕੇ ਸੜਕਾਂ ਤੇ ਉਤਰੇ ਉਹ ਇੱਕ ਮੁੱਦਾ ਇਹ ਵੀ ਸੀ ਦੂਜਾ ਮੁੱਦਾ ਇਹ ਸੀ ਕਿ ਤੋਤਾ ਸਿੰਘ ਦੇ ਉੱਤੇ ਤੁਸੀਂ ਕੇਸ ਕਿਉਂ ਨਹੀਂ ਬਣਾਉਂਦੇ? ਖਾਲੀ ਮੰਗਲ ਸਿੰਘ ਸੱਦੂ ਦੇ ਉੱਤੇ ਕੇਸ ਬਣਾਇਆ ਹੈ। ਐਡਾ ਵੱਡਾ ਸਕੈਮ ਹੋਇਆ ਹੈ। ਉਹ ਜਿਹੜੇ ਹਜ਼ਾਰਾਂ ਲੋਕ ਜਿਹੜੇ ਹੈ ਉਹ ਪਹੁੰਚ ਗਏ ਖੁਦਕੁਸ਼ੀਆਂ ਕਰਨ ਦੇ ਉੱਤੇ ਐਡਾ ਵੱਡਾ ਨੁਕਸਾਨ ਹੋਇਆ ਹੈ। ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਲਾਲ ਬਹਾਦਰ ਸ਼ਾਸਤਰੀ ਰੇਲਵੇ ਮਿਨਿਸਟਰ ਸੀ। ਇੱਕ ਐਕਸੀਡੈਂਟ ਹੋਇਆ ਤੇ ਲਾਲ ਬਹਾਦਰ ਸ਼ਾਸਤਰੀ ਹੋਣੇ ਨੇ ਰਿਜ਼ਾਈਨ ਕਰਤਾ। ਅੱਜ ਸਾਰਾ ਜਿਹੜਾ ਮਾਲਵੇ ਦੀ ਬੈਲਟ ਹੈ ਉਹ ਮਾਰੀ ਗਈ। ਉਹਨੇ ਆਦੀ ਫਸਲ ਮਾਰੀ ਗਈ ਚਿੱਟੀ ਮੱਖੀ ਕਰਕੇ ਇਹਨਾਂ ਦੀਆਂ ਨਕਲੀਆਂ ਦਵਾਈਆਂ ਕਰਕੇ ਤੇ ਤੁਸੀਂ ਇੱਕ ਖਾਲੀ ਦੀ ਮੰਗਲ ਸਿੰਘ ਸੰਧੂ ਨੂੰ ਫੜ ਲਿਆ ਤੇ ਤੋਤਾ ਸਿੰਘ ਦਾ ਕੋਈ ਜਵਾਬ ਨਹੀਂ ਦੂਜਾ ਮੁੱਦਾ ਸਾਡਾ ਏ ਸੀ ਤੀਸਰਾ ਮੁੱਦਾ ਸੀ ਕਿ ਜਿਹੜਾ ਮਜੀਠਿਆ ਜਿਹਦੇ ਕਰਕੇ ਸਾਰੇ ਪੰਜਾਬ ਵਿੱਚ ਨਸ਼ਾ ਚੱਲਦਾ ਹੈ ਤੁਸੀਂ ਉਹਦੇ ਉੱਤੇ ਐਫ ਆਈ ਆਰ ਤੱਕ ਨਹੀਂ ਦਰਜ ਕਰਦੇ ਕਹਿਣਾ ਇੱਕ ਮਿੰਟ ਨੋ ਤੁਸੀਂ ਵੀ ਐਫਰ ਨਾਲ ਉਹ ਜਿਹੜੇ ਫੈਕਚੁਅਲ ਨਹੀਂ ਹੈ ਨੋ ਨੋ ਫੈਕਚੁਅਲ ਹੈ ਪਹਿਲੇ ਵੀ ਤੁਸੀਂ ਕਹਿ ਗਏ ਗਲਤ ਗੱਲ ਕਹੀ ਹੈ ਪਹਿਲੀ ਗੱਲ ਇਹ ਹੈ ਕਿ ਗਵਰਨਮੈਂਟ ਆਫ ਇੰਡੀਆ ਨੇ ਮੰਨਿਆ ਹੈ ਕਿ ਮੈਂ ਵਿੱਚ ਨਹੀਂ ਬੋਲੋ ਸਰ ਵਿੱਚ ਨਹੀਂ ਬੋਲੋ ਚਲੋ ਉਹ ਜਿਹੜੀ ਮੈਂ ਇਹ ਕਹਿ ਰਿਹਾ ਹੈਗਾ ਤੁਸੀਂ ਕਿ ਭੋਲੇ ਨੇ ਕਿ ਹਾ ਕਿ ਹੀ ਇਜ਼ ਦੀ ਪਰਸਨ ਕੱਲ ਨੂੰ ਕੋਡ ਨੂੰ ਛੱਡੇ ਨਾ ਛੱਡੇ ਪਰ ਕਾਰਪੋਰੇਟ ਐਵੀਡੈਂਸ ਤਾਂ ਹੈ ਰੈਮਫੈਸੀ ਕੇਸ ਹੈ ਇੱਕ ਅਕਿਊਜ਼ ਕਹਿ ਰਿਹਾ ਕਿ ਮੈਂ ਤਾਂ ਇਹਦੇ ਕੋਲੋਂ ਕਰਦਾ ਸੀ ਜੀ ਹੀ ਇਜ਼ ਦੀ ਪਰਸਨ ਤੁਸੀਂ ਉਹਨੂੰ ਐਫ ਆਈ ਆਰ 'ਚ ਵੀ ਸ਼ਾਮਿਲ ਨਹੀਂ ਕਰਦੇ ਹੂ ਆਰ ਯੂ ಲೆਟ ਦੀ ਕੋਰਟ ਡਿਸਾਈਡ ਸਾਡਾ ਦੂਸਰਾ ਮੁੱਦਾ ਇਹ ਸੀ ਕਿ ਤੁਸੀਂ ਉਹਨੂੰ ਇਗਰੀਜ ਮਝਿਠੇ ਦੇਤੇ ਐਫ ਆਈ ਆਰ ਬਣਾਓ ਉਹਦੇ ਉਹਦੇ ਜੇਲ੍ਹ 'ਚ ਪਾਓ ਥੋੜਾ ਆ ਗਿਆ ਵੀ ਪਰ ਜੇਲ੍ਹ 'ਚ ਪਾਓ ਥੈਟ ਵਾਸ ਦੀ ਅਨਦਰ ਥਿੰਗ ਤੀਸਰਾ ਹੁਣ 1 ਅਪ੍ਰੈਲ ਤੋਂ ਮੰਡੀਆਂ ਦੇ ਵਿੱਚ ਕਨਕੋਆਣੀ ਸ਼ੁਰੂ ਹੋ ਗਈ ਹੈ ਹਾਲੇ ਤੱਕ ਉਹਨਾਂ ਦੀ ਪੇਮੈਂਟ ਨਹੀਂ ਹੋਈ ਹੈਗੀ ਅਸੀਂ ਕਿਹਾ ਕਿ 7 ਦਿਨਾਂ ਦੇ ਵਿੱਚ ਵਿੱਚ ਅੰਦਰ ਪੇਮੈਂਟ ਕਰੋ ਇਸ ਤੇ ਸਾਡੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਦੇ ਹੈਗੇ ਤੁਸੀਂ ਬਈ ਉਹ ਅਸੀਂ ਤੁਸੀਂ ਕਹੋਗੇ 7 ਦਿਨਾਂ ਦੇ ਵਿੱਚ ਪੇਮੈਂਟ ਕਰ ਦੇਵਾਂਗੇ ਅਸੀਂ ਕੱਟ ਨੂੰ ਚਲੇ ਜਾਈਏ ਕੋਈ ਜਵਾਬ ਨਹੀਂ ਬਾਦਲ ਸਾਹਿਬ ਚਲੋ ਬੱਸ ਜੀ ਓਕੇ ਓਕੇ ਅਸੀਂ ਗਏ ਉਹ ਤੇ ਅਸੀਂ ਕਿਹਾ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਜੰਗਵੀਰ ਤੁਹਾਨੂੰ ਪੂਰਾ ਇਸ ਮੈਂ ਪੂਰਾ ਇਸ ਪੂਰਾ ਸਮਾਂ ਦੇਵਾਂਗਾ ਮੈਂ ਤੁਹਾਨੂੰ ਅਸੀਂ ਸਟੇਜ ਤੋਂ ਉਹ ਲੱਖਾਂ ਦੇ ਕੱਠ ਵਿੱਚ ਕਿਹਾ ਕਿ ਕੋਈ ਬੰਦਾ ਜਿਹੜਾ ਹੈ ਉਹ ਕੋਈ ਵਾਇਲੈਂਸ ਦਾ ਕੰਮ ਨਹੀਂ ਕਰੇਗਾ ਓਕੇ ਕਲਨ ਸਿਟੀ ਕੰਮ ਉਹ ਜਿਹੜਾ ਹੈਗਾ ਸਟੇਜ ਵਾਲੀ ਰੈਲੀ ਵਾਲੀ ਗੱਲ ਆਪਾਂ ਇੱਥੇ ਉਹ ਨਿਆਣ ਲੈ ਕੇ ਜਿਹੜੀ ਜੰਗਵੀਰ ਮੈਂ ਦੇਖ ਸਕਣ ਇੱਕ ਸੈਕਿੰਡ ਹੈ ਕੋਈ ਗੱਲਾਂ ਹੈ ਗੈਂਗੋ ਜਿਹੜੇ ਇੱਕ ਤੋਂ ਇਹ ਕਹਿ ਰਹੇ ਵੀ ਆਪਣਾ ਅਸੀਂ ਇਹ ਅਸੀਂ ਤਾਂ ਸੋਨੇ ਦੇ ਵੀ ਬਣ ਜਾਈਏ ਤਦ ਵੀ ਇਹ ਕਰਨੇ ਜਾਂਦੇ ਕਿਉਂਕਿ ਇਹਨਾਂ ਦਾ ਮਕਸਦ ਜਿਹੜਾ ਇਹ ਰੈਲੀ ਦਾ ਸੀ ਅੱਜ ਦਾ ਸੀਗਾ ਇਹ ਸੀਗਾ ਟੂ ਇਨਸਾਈਟ ਵਾਇਲੈਂਸ ਇਹ ਕੋਈ ਇਸ਼ੂਸ ਦਾ ਮਸ ਮਕਸਦ ਨਹੀਂ ਸੀਗਾ ਗਵਰਨਮੈਂਟ ਆਫ ਇੰਡੀਆ ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਮੁੱਦਾ ਸੀਗਾ 12500 ਜਾਂ 12000 ਜਨੇ ਮਰਜੀ ਕਰੋੜੇ ਕਹਿ ਰਹੇ ਨੇ ਉਹ ਮੁੱਦਾ ਜਿਹੜਾ ਹੈ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਹੈ ਕਿ ਇੱਕ ਇੱਕ ਗ੍ਰੇਨ ਆਫ ਵੀਟ ਇੱਕ ਗ੍ਰੇਨ ਆਫ ਫੂਡ ਗ੍ਰੇਨ ਮਿਸਿੰਗ ਨਹੀਂ ਹੈ ਇਹ ਗਲਤ ਗੱਲ ਕਰ ਰਹੇ ਨੇ ਕਿ ਮਿਸਿੰਗ ਹੈ ਜਿਹੜਾ ਇਸ਼ੂ ਹੈ 12000 ਕਰੋੜ ਦਾ ਉਹ ਇਹ ਹੈ ਕਿ ਆਪਣਾ देयर इज ਅ ਗੈਪ ਇਨ ਅਕਾਊਂਟਿੰਗ ਕਾਊਂਟਿੰਗ ਦੇ ਗੈਪ ਦੀ ਗੱਲ ਹੋ ਰਹੀ ਹੈ ਔਰ ਉਹ ਗੈਪ ਹੈਗਾ ਬਿਕੋਜ਼ ਲੇਬਰ ਦੇ ਚਾਰजेस ਹੈਗੇ ਨੇ ਟਰਾਂਸਪੋਰਟ ਦੇ ਚਾਰजेस ਨੇ ਜਿਹੜਾ ਫੂਡ ਹੈ ਫੂਡ ਗ੍ਰੇਨ ਹੈ ਉਹ ਐਫਸੀਆ ਦੇ ਐਫਸੀਆ ਦੇ ਫਜ਼ਾ ਚ ਹੈ ਜੇ ਕੋਈ ਮਿਸਿੰਗ ਹੋਦਾ ਹੈ ਐਫਸੀਆ ਹੀ ਕਹਿੰਦੇ ਜੰਗਵੀਰ ਕਲੇਮ ਕਰਦੇ ਕਿ ਕੈਗ ਦੀ ਰਿਪੋਰਟ ਦੇ ਵਿੱਚ ਨਹੀਂ ਕੈਗ ਚ ਫੂਡ ਗ੍ਰੇਨ ਦੀ ਗੱਲ ਨਹੀਂ ਹੈ ਮੇਰੇ ਗੱਲ ਅਕਾਊਂਟਿੰਗ ਦੀ ਹੋ ਰਹੀ ਹੈ ਇੱਕ ਉਹ ਗੱਲ ਨੂੰ ਤੁਸੀਂ ਮਰੋੜ ਕੇ ਫੂਡ ਗ੍ਰੇਨ ਬਣਾ ਦੋ ਸਿਮਿਲਰਲੀ ਇੱਕ ਕੋਈ ਜਿਹੜਾ ਹਾਰਡ ਐਂਡ ਕ੍ਰਿਮੀਨਲ ਹੈ ਹਾਰਡ ਐਂਡ ਕ੍ਰਿਮੀਨਲ ਆਪਣਾ ਕਿਸੇ ਬਾਰੇ ਅਲਿਗੇਸ਼ਨ ਲਾਂਦਾ ਹੈ ਤੇ ਇਹਨਾਂ ਬਾਰੇ ਲੱਗਦਾ ਕਿਸੇ ਹੋਰ ਅੱਛੇ ਕੋਈ ਬਹੁਤ ਸੀਨੀਅਰ ਨੇਤਾ ਤੇ ਲੱਗਦਾ ਤੇ ਉਹ ਉਹਨੂੰ ਜੇਲ੍ਹ ਚ ਪਾ ਦੋਗੇ ਜੀ ਜੀ ਮੈਂ ਇਹ ਗੱਲ ਦਾ ਜਵਾਬ ਦੇਣਾ ਚਾਹਾਂਗਾ ਬਿਲਕੁਲ ਇਹ ਤੇ ਬਿਲਕੁਲ ਗਲਤ ਗੱਲ ਹੈ ਨਾ ਮੈਂ ਇਸ ਗੱਲ ਦਾ ਜਵਾਬ ਦੇਣਾ ਚਾਹਾਂਗਾ ਬਿਲਕੁਲ ਦੋ ਗੱਲਾਂ ਇਹਨਾਂ ਨੇ ਕੀਤੀਆਂ ਨੇ ਪਹਿਲੀ ਗੱਲ ਕਿ 12000 ਕਰੋੜ ਪਿੱਛੇ ਇਹ ਉਹ ਦੱਸ ਰਹੇ ਨੇ ਜੋ ਬਾਦਲ ਸਾਹਿਬ ਕਹਿ ਰਹੇ ਨੇ ਕਿ ਫੂਡ ਦਾ ਨਹੀਂ ਹੈ ਜੀ ਸਿਰਫ ਕਾਊਂਟਿੰਗ ਦਾ ਜੇ ਤੁਸੀਂ ਭਾਈ ਇਹ 20 ਸਾਲਾਂ ਤੋਂ ਅਕਾਊਂਟਿੰਗ ਕਿਉਂ ਨਹੀਂ ਕਰ ਰਹੇ ਉਹ ਤੁਹਾਡੇ ਵੇਲੇ ਵਿੱਚ ਸੀ ਤੁਹਾਡੇ ਵੇਲੇ ਵਿੱਚ ਬਹੁਤ ਦੇਰ ਦੀ ਚੱਲ ਰਹੀ ਹੈ ਜਿੱਥੇ ਅੱਜ ਦੇ ਨਹੀਂ ਚੱਲ ਰਹੀ 1993 ਤੋਂ 1993 ਤੋਂ ਚੱਲ ਰਹੀ ਹੈ Who is responsible Who is responsible ਤੁਸੀਂ 10 ਸਾਲ ਤੋਂ ਤੁਸੀਂ ਕੀ ਕਰ ਰਹੇ ਹੋ ਤੁਸੀਂ ਜੇ ਅਕਾਊਂਟਿੰਗ ਨਹੀਂ ਕਰ ਰਹੇ ਨਾਲੇ ਕਹਿੰਦੇ ਨੇ ਇਹ ਕਾਊਂਟਿੰਗ ਹੋ ਰਹੀ ਹੈ ਇਹ ਮੇਰੀ ਜੀਵਨ ਪਹਿਲੀ ਵਾਰ ਠੀਕ ਹੋ ਗਈ ਹੈ ਇਹ ਵੀ ਰਿਪੋਰਟ ਹੈ ਹਿਸਟਰੀ ਆਫ ਪੰਜਾਬ ਚ ਪਹਿਲੀ ਵਾਰ ਠੀਕ ਹੋ ਗਈ ਹੈ ਇਹ ਵੀ ਰਿਪੋਰਟ ਹੈ ਕਿ ਜਿਹੜੀ ਢੋਟਵਾਈ ਉਹ 12000 ਕਰੋੜ ਦੀ ਨਹੀਂ ਪਰ ਜਿਹੜੀ ਢੋਟਵਾਈ ਦੀ ਹੈ ਇਹ ਵੀ ਰਿਪੋਰਟ ਦੇ ਵਿੱਚ ਹੈ ਕਿ ਟਰੱਕਾਂ ਦੀ ਜਗ੍ਹਾ ਦੇ ਉੱਤੇ ਸਕੂਟਰਾਂ ਦੇ ਨੰਬਰ ਦਿੱਤੇ ਹੋਏ ਨੇ ਪੈਸੇ ਖਾਣ ਦੀ ਖਾਤਰ ਉਹ ਟੈਲੀ ਕਿਦਾਂ ਹੋਏਗਾ ਉਹਦਾ ਕੀ ਜਵਾਬ ਹੈ ਇਹਨਾਂ ਕੋਲ ਦੂਸਰੀ ਗੱਲ ਕਹਿੰਦੇ ਨੇ ਹਾਰਡਡ ਕ੍ਰਾਈਮਿਨਲ ਮੈਨੂੰ ਇੱਕ ਗੱਲ ਦੱਸੋ ਇੱਕ ਮਿੰਟ ਜਗਵੀਰ ਜੀ ਮੈਨੂੰ ਇੱਕ ਗੱਲ ਦੱਸੋ ਮੈਂ ਦੱਸ ਦਿੰਦਾ ਤੁਸਾਂ ਕੀ ਜਵਾਬ ਹੈ ਤੁਹਾਡੇ ਦੋ ਗੱਲਾਂ ਮੈਨੂੰ ਦੋ ਗੱਲਾਂ ਦਾ ਜਵਾਬ ਤਾਂ ਦੇ ਦਿਓ ਇੱਕ ਬੰਦਾ ਹੈ ਉਹ ਕਤਲ ਕਰ ਦਿੰਦਾ ਫੜਿਆ ਜਾਂਦਾ ਉਹ ਕਹਿੰਦਾ ਜੀ ਕਿ ਇਸ ਕਤਲ ਦੇ ਵਿੱਚ ਮੈਂ ਇਕੱਲਾ ਨਹੀਂ ਸੀ ਸੋ ਐਂਡ ਸੋ ਉਹ ਵੀ ਮੇਰੇ ਨਾਲ ਸੀ ਤੇ ਤੁਸੀਂ ਉਹਦੇ ਤੇ ਕੇਸ ਨਹੀਂ ਬਣਾਉਂਗੇ ਉਹ ਕੱਲ ਨੂੰ ਛੁੱਟ ਜਵੇ ਉਹ ਗੱਲ ਵੱਖਰੀ ਹੈ ਰਾਈਟ ਲੇਕਿਨ ਕੀ ਐਫ ਆਈ ਆਰ ਦੇ ਵਿੱਚ ਜੇ ਉਹ ਕਹਿੰਦਾ ਕਿ ਹੀ ਵਾਸ ਮਾਈ ਅਕੰਪਲਿਸ ਤਾਂ ਤੁਸੀਂ ਉਹਦੇ ਤੇ ਕੇਸ ਨਹੀਂ ਬਣਾਉਂਦੇ ਇੱਥੇ ਇੱਕ ਬੰਦਾ ਹੈ ਜਿਹਦੇ ਉੱਤੇ ਜਿਹੜਾ ਜੇਲ੍ਹ 'ਚ ਹੈ ਜਿਹਦੇ ਉੱਤੇ ਉਹ ਫੜਿਆ ਗਿਆ ਹੈ ਔਰ ਉਹ ਕਹਿੰਦਾ ਬਿਕਰਮਜੀਤ ਵਜੀਠਿਆ ਜਿਹੜਾ ਹੈਗਾ ਉਹ ਉਹਦੇ ਵਿਹਾਰ ਤੇ ਮੈਂ ਕੰਮ ਕਰਦਾ ਜੇ ਤੁਸੀਂ ਬੈਠੇ ਟਿੱਕ ਦੇਈਏ ਉਹ ਉਹ ਜਦੋਂ ਨਹੀਂ ਆ ਗਿਆ ਨਹੀਂ ਉਹ ਆ ਗਿਆ ਤੁਹਾਡਾ ਝੂਠ ਨਹੀਂ ਜਾਣਾ ਚਾਹੀਦਾ ਲੋਕਾਂ ਨੂੰ ਗਲਤ ਸਮਝ ਆ ਜਾਂਦੀ ਹੈ ਉਹਨੇ ਕਦੇ ਕਿਹਾ ਹੀ ਨਹੀਂ ਮੈਨੂੰ ਕੋਈ ਕਾਗਜ਼ ਦਿਖਾ ਦਿਓ ਜਿਨੇ ਭੋਲੇ ਨੇ ਕਿਹਾ ਹੋਏ ਕਿ ਮੇਰੇ ਨਾਲ ਮੇਰੇ ਨਾਲ ਮਿਸਟਰ ਬਿਕਰਮ ਸਿੰਘ ਵਜੀਠਿਆ ਨੇ ਕੁਝ ਕੀਤਾ ਹੋਏ ਐਵਾਂ ਜੇ ਕੋਈ ਗੱਲ ਹੀ ਨਹੀਂ ਹੋਈ ਜੀ 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 ਇਹਦੇ ਖੁਡਵਾਲੀ ਗੱਲ ਹੋ ਗਈ ਨਾ ਆਪਾਂ ਇਹਨਾਂ ਮੁੱਦਿਆਂ ਤੇ ਕਾਂਗਰਸ ਦਾ ਔਰ ਬੈਲੀ ਗੱਲ ਹੈ ਕਿ ਗੱਲ ਅੱਜ ਸਟਾਕ ਦੇ ਸ਼ੋਅ ਦੀ ਸੀਗੀ ਆਪਾਂ ਸ਼ੁਰੂ ਕੀਤਾ ਹੈ ਕਿ ਪ੍ਰੂਵ ਕਰਨਾ ਵੀ ਸ਼ੋਅ ਕਿਹੋ ਜਿਹਾ ਹੋਇਆ ਤੁਸੀਂ ਗੱਲ ਉੱਥੋਂ ਸ਼ੁਰੂ ਕੀਤੀ ਵੀ ਜਿਹਨਾਂ ਨੇ ਕਿਹਾ ਮੇਨਟੇਨ ਕੀ ਇਹ ਫਲॉप ਸ਼ੋਅ ਸੀਗਾ ਕਿਉਂਕਿ ਲੋਕ ਆਏ ਹੀ ਨਹੀਂ ਠੀਕ ਹੈ ਦੇ ਉਹਨਾਂ ਗੱਲ ਉਹ ਹੈ ਅੱਜ ਸਵੇਰ ਤੋਂ ਜੀ ਪੰਜਾਬੀ ਦਿਖਾ ਰਿਹਾ ਹੈ ਜੀ ਪੰਜਾਬੀ ਇੱਕ ਬਾਇਸਡ ਗੱਲ ਦਿਖਾ ਰਿਹਾ ਹੈ ਉਹ 2 ਵਜੇ ਜੀ ਪੰਜਾਬੀ ਨਜੀਬ ਪੰਜਾਬੀ ਨੂੰ ਜੇ ਕੋਈ ਪ੍ਰੋਬਲਮ ਹੈ ਸਰਕਾਰ ਨਾਲ ਜੀ ਪੰਜਾਬੀ ਨੂੰ ਕੋਈ ਪ੍ਰੋਬਲਮ ਹੈ ਜੀ ਜੰਗੀਰ ਜੀ ਇਸ ਲਈ ਪਾਰਟੀ ਕਰ ਰਹੇ ਤਾਂ ਨਹੀਂ ਕਿ ਕੋਈ ਮੈਂ ਦੋ ਟਾਈਪ ਅਪਰਟਵੇਟ ਉਸ ਮੁੱਦੇ ਤੇ ਰੱਖਿਆ ਪਾਰਟੀਕੂਲ ਮੈਂ ਉਸੇ ਮੁੱਦੇ ਦੀ ਗੱਲ ਕਰ ਰਿਹਾ ਹਾਂ ਕਿ ਕਿਸੇ ਟੀਵੀ ਦੇ ਉੱਤੇ ਜਿੱਥੇ ਤੱਕ ਦਿਖਾਈ ਜਾਂਦੀ ਹੈ ਬੰਦੇ ਜੇ ਹੈਗੇ ਨੇ ਤੇ ਉਹ ਟੀਵੀ ਜਿਹੜਾ ਹੈ ਉਹ ਮਦਾਨ ਦਾ ਖਾਲੀ ਦਸ ਰਿਹਾ ਜੀ ਜੀ ਉਹ ਮੈਨੀਪੂਲੇਟ ਕਰ ਰਹੇ ਬੰਦੇ ਉੱ딜 ਆ ਗਈ ਹੈ ਬਿਲਕੁਲ ਬਾਲੀ ਜੀ ਇਸ ਮੁੱਦੇ ਤੇ ਜਿੱਦਾਂ ਇਹਨਾਂ ਨੇ ਕਿਹਾ ਜੰਗਵੀਰ ਨੇ ਖਾਸ ਤੌਰ ਤੇ ਜਿੱਦਾਂ ਤੁਸੀਂ ਵੀ ਗੱਲ ਕੀਤੀ ਹੈ ਇਹ ਕਹਿੰਦੇ ਵੀ ਕਾਂਗਰਸ ਤੇ ਐਸਲੇ ਆਮ ਆਦਮੀ ਪਾਰਟੀ ਇੱਕ ਦੂਜੀ ਦੀ ਇਹ ਵੀ ਟੀਮ ਨੇ ਨਹੀਂ ਨਹੀਂ ਕੁਐਸਚਨ ਡਸ ਨੋਟ ਇਹ ਤਾਂ ਹੋ ਹੀ ਨਹੀਂ ਸਕਦੀ ਕਦੀ ਕੋਈ ਅਜਿਹੀ ਗੱਲ ਹੀ ਨਹੀਂ ਹੈਗੀ ਗਲਤ ਤਾਂ ਸਿਰਫ ਇੰਨੀ ਗੱਲ ਹੈ ਕਿ ਤੁਸੀਂ ਸੱਚਾਈ ਨਹੀਂ ਬੋਲੀ ਮੈਂ ਤੁਹਾਨੂੰ ਅੱਜ ਵੀ ਰਿਕਵੈਸਟ ਕਰਕੇ ਹੱਥ ਜੋੜ ਕੇ ਬੇਨਤੀ ਕਰਨਾ ਚਾਹਾਂਗਾ ਕਿ ਤੁਹਾਡੇ ਟੀਵੀ ਦੇ ਉੱਤੇ ਅਗਰ ਸੱਚਾਈ ਦਿਖਾਈ ਜਾਏਗੀ ਤਾਂ ਦੁਨੀਆ ਲਾਈਕ ਕਰੇਗੀ ਇਸ ਚ। ਅਗਰ ਮੈਂ ਇਸ ਗੱਲ ਨੂੰ ਕਹਿ ਰਿਹਾ ਹੈਗਾ ਕਿ ਮੈਂ ਮੋਹਾਲੀ ਦੇ ਵਿੱਚ ਕੋਈ ਚੀਜ਼ ਦੇਖੀ ਮੈਂ ਆ ਆਦਮੀ ਪਾਰਟੀ ਕੋ ਕੀ ਲੜਣਾ ਮੈਂ ਤੁਹਾਡੇ ਤੋਂ ਜ਼ਿਆਦਾ ਇਹਨਾਂ ਨਾਲ ਇਹਨਾਂ ਦੀ ਖਿਲਾਫਤ ਕਰਦਾ ਮੈਂ ਕਹਿੰਦਾ ਜੀ ਇਹਨਾਂ ਕੋਲ ਤਾਂ ਬੰਦਾ ਹੀ ਕੋਈ ਨਹੀਂ ਸੀ ਉੱਥੇ। ਵੈਸੇ ਹੀ ਮੈਂ ਮੋਹਾਲੀ ਤੋਂ ਲੰਘਿਆ ਮੈਂ ਤੁਹਾਨੂੰ ਦੱਸਿਆ ਮੇਰੇ ਕੰਸਟਰਕਸ਼ਨ ਮੈਂ ਦੇਖਿਆ ਕਿ ਸੜਕਾਂ ਤੇ ਪੁਲਿਸ ਖੜੀ ਹੈ ਔਰ ਚਾਰੋਂ ਉਤਰ ਬੱਸਾਂ ਹੀ ਬੱਸਾਂ ਵਾ ਹੁਣ ਬੱਸਾਂ ਦੇ ਵਿੱਚ ਬੰਦੇ ਤਾਂ ਆਏ ਹੋਣਗੇ ਜੀ ਜ਼ਰੂਰ ਬਾਲੀਆਂ ਵੀ ਬੜੀਆਂ ਖੜੀਆਂ ਸੀ ਬਾਲੀ ਜੀ ਕੋਈ ਦਿਨ ਪਹਿਲਾਂ ਤੁਹਾਡਾ ਵੀ ਤਜਰਬਾ ਹੋਇਆ ਕਾਂਗਰਸ ਨੂੰ ਵੀ ਚੰਗਾ ਘਟਾਪਾ ਚੜਿਆ ਚਾਹ ਦਿਨ ਪਹਿਲਾਂ ਕੋਈ ਨਾ ਜਰੂਰ ਚੜਿਆ ਹੋਏਗਾ ਜੀ ਜੇ ਅਸੀਂ ਕੋਈ ਅਸੀਂ ਅਗਰ ਐਜੀਟੇਸ਼ਨ ਕੀਤੀ ਹੈ ਸਰਕਾਰ ਦਾ ਕੰਮ ਹੀ ਹੈ ਕਿ ਘਟਾਪਾ ਚੜਨਾ ਹੁਣ ਤੁਸੀਂ ਕਿਸੇ ਨੂੰ ਡੰਡੇ ਦੇ ਨਾਲ ਥੋੜੀ ਮਿਨਾ ਲਓਗੇ ਤੁਸੀਂ ਉਹਨਾਂ ਲੋਕਾਂ ਨੂੰ ਵੈਰੀਗੇਟ ਤੇ ਤੁਸੀਂ ਚਾਰ ਚਾਰ ਪੰਜ ਪੰਜ 10 5 ਉਹਨਾਂ ਨੂੰ ਭਜਾਉਣਾ ਸ਼ੁਰੂ ਕਰਦੇ ਹੋਗੇ ਤਾਂ ਤੁਹਾਡਾ ਕੰਮ ਹੀ ਹੈ ਜੇ ਕਾਂਗਰਸੀਆਂ ਨੂੰ ਡੰਡਿਆਂ ਨਾਲ ਚੰਡੀਗੜ੍ਹ 'ਚ ਮਾਰਿਆ ਤਾਂ ਕੰਮ ਹੀ ਹੈ ਅਸੀਂ ਗਵਰਨਰ ਨੂੰ ਮਿਲ ਕੇ ਆਏ ਆ ਐਸਐਚਓ ਕਾਂਗਰਸ ਭਵਨ ਦੇ ਅੰਦਰ ਆ ਗਿਆ ਤੁਸੀਂ ਦੱਸੋ ਮਾਰਨ ਵਾਸਤੇ ਇਹਨਾਂ ਨੇ ਕੀ ਕੀਤਾ ਜੀ ਉਹਦਾ ਕੱਲ ਨੂੰ ਅਕਾਲੀ ਦਲ 'ਚ ਸਾਡੀ ਸਰਕਾਰ ਆ ਗਈ ਅਕਾਲੀ ਦਲ ਦੇ ਬੰਦੇ ਅਕਾਲੀ ਦਲ 'ਚ ਜਾਏਗਾ ਆ ਬੰਦਾ ਅੰਦਰ ਕਦੀ ਇਹ ਸੁਣਿਆ ਕਿ ਪੁਲਿਸ ਕਿਸੇ ਪੋਲੀਟੀਕਲ ਆਫਿਸ ਦੇ ਵਿੱਚ ਜਾ ਕੇ ਇਹ ਗੱਲ ਕਰੇ ਵੀ ਜਾ ਕੇ ਉਹਨਾਂ ਨੂੰ ਡੰਡੇ ਮਾਰੇ ਇੱਕ ਇੱਕਿਆ ਪੱਤਰਕਾਰਾਂ ਦੀਆਂ ਬਾਹਾਂ ਤੋੜੀਆਂ ਚ ਕਦੀ ਜੀ ਇਹ ਚੀਜ਼ ਦੇਖੀ ਹੈ ਅੱਜ ਤੱਕ ਤੁਸੀਂ ਜੀ ਬਲੀਜੇ ਬਜੰਗਵੀਰ ਹੁਣ ਜੰਗਵੀਰ ਇਹਨਾਂ ਦਾ ਕਹਿਣਾ ਕਿ ਬੜਾ ਡਿਕਟੇਟਰ ਆਣਾ ਟੰਗ ਦੇ ਨਾਲ ਸਾਰਾ ਜਿਹੜਾ ਵਿਰੋਧੀਆਂ ਨੂੰ ਡੀਲ ਕੀਤਾ ਜਾ ਰਿਹਾ ਜਦੋਂ ਸਭ ਤੁਸੀਂ ਆਪਣਾ ਨਿਊਜ਼ ਮੈਨਿਵੇਰੇਟਰ ਕੋ ਤੁਹਾਡਾ ਬੜਾ ਤਜਰਬਾ ਹੈ ਅੱਜ ਸਵੇਰ ਤੋਂ ਤੁਹਾਨੂੰ ਕੋਈ ਫੋਨ ਆਇਆ ਹੈ ਕਿ ਪੁਲਿਸ ਨੇ ਕਿਸੇ ਨਾਲ ਜ਼ਬਰਨ ਕੀਤੀ ਹੋਏ ਨਹੀਂ ਪਰ ਕਿਸੇ ਨਹੀਂ 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 ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਹਾਨੂੰ ਪੁੱਛ ਰਿਹਾ ਕਾਊਂਟਰ ਕੁਐਸਚਨ ਕਿਸੇ ਦਾ ਫੋਨ ਆਇਆ ਕਿ ਪੁਲਿਸ ਨੇ ਕਿਸੇ ਨੂੰ ਜਬਰਨ ਖਿੱਚੀ ਹੋਏ ਜੰਗਵੀਰ ਹਾਲਾਂਕਿ ਤੱਕ ਇੱਥੋਂ ਤੱਕ ਕਿ ਜਿਹੜੇ ਜਿਹੜੇ ਸੀਨੀਅਰ ਜਿਹੜੇ ਸੀਨੀਅਰ ਲੀਡਰ ਸੀਗੇ ਜਿਹੜੇ ਸੀਨੀਅਰ ਲੀਡਰ ਸੀਗੇ ਨਾ ਆਪ ਦੇ ਜਿਹਦੇ ਸੀਨੀਅਰ ਲੀਡਰ ਸੀ ਆਪਰੇ ਉਹਨਾਂ ਨੂੰ ਫੈਸਿਲੀਟੇਟ ਕੀਤਾ ਗਿਆ ਨਹੀਂ 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 ਮੇਰੀ ਗੱਲ ਸੁਣਨਾ ਮੈਂ ਤੁਹਾਨੂੰ ਬਿਲਕੁਲ ਇਹ ਨਹੀਂ ਕਹੀ ਇਹਨਾਂ ਨੇ ਸਾਨੂੰ ਕਿਹਾ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਕਟਾਪਾ ਚੜਿਆ ਮੈਂ ਨਹੀਂ ਇਹ ਗੱਲ ਕਰ ਮੈਂ ਤਾਂ ਅੱਜ ਦੀ ਗੱਲ ਮੈਨਰ ਇੱਕ ਸਕਿੰਟ ਮੈਂ ਤਾਂ ਨਹੀਂ ਕਿ ਗੱਲ ਕਹਿਣਾ ਚਾਹਾਂਗਾ ਨਹੀਂ ਉਹਨਾਂ ਨੂੰ ਕੁੱਟ ਕੁੱਟ ਹਾਂ ਨਹੀਂ ਨਹੀਂ ਮੈਂ ਤੁਹਾਨੂੰ ਸਾਡੀ ਸਰਕਾਰ ਮਾਨਯੋਗ ਮੇਰੀ ਮੇਰੀ ਭਾਈ ਸਾਹਿਬ ਮੈਂ ਚੰਡੀਗੜ੍ਹ ਤੋਂ ਤੁਹਾਨੂੰ ਪਤਾ ਹੈ ਤੇ ਤੁਹਾਡੇ ਆਫਿਸ ਤੇ ਪੁਲਿਸ ਆਈ ਸੀ ਉਹ ਯੂਨੀਅਨ ਟੈਰੀਟਰੀ ਹੈ ਜੀ ਜੀ ਗਵਰਨਮੈਂਟ ਨੇ ਮਾਨੀਵਰ ਬੰਦੇ ਮੇਰੀ ਤੁਸੀਂ ਗੱਲ ਨੂੰ ਸੁਣੋ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਮੈਂ ਤੁਹਾਨੂੰ ਕਿਤੇ ਨਹੀਂ ਆਇਆ ਕਿ ਮੁਹਾਲੀ ਦੇ ਅੰਦਰ ਤੁਸੀਂ ਉਹਨਾਂ ਨੂੰ ਡੰਡੇ ਮਾਰੇ ਮੈਂ ਬੈਰੀਕੇਡ ਔਰ ਪੁਲਿਸ ਖੜੀ ਹੋਈ ਦੇਖੀ ਹੁਤੇ ਮੈਂ ਤੁਹਾਨੂੰ ਇਹ ਨਹੀਂ ਇਹਨਾਂ ਨੇ ਕਟਾਪੇ ਦਾ ਨਾਮ ਲਿਆਗਾ ਸਿੱਧੂ ਸਾਹਿਬ ਨੇ ਤੇ ਮੈਂ ਇਹਨਾਂ ਨੂੰ ਇਹ ਦੱਸ ਰਿਹਾਗਾ ਕਿ ਕਟਾਪਾ ਚੰਡੀਗੜ੍ਹ ਦੇ ਅੰਦਰ ਕਾਂਗਰਸੀਆਂ ਨੂੰ ਪਿਆ ਮੈਂ ਉਹਨਾਂ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਆਪ ਵਾਲਿਆਂ ਨੂੰ ਉੱਥੇ ਮਾਰਿਆ ਮੈਂ ਗੱਲ ਨਹੀਂ ਇੱਕ ਲੈਂਡਾ ਕਿ ਮੈਂ ਤੁਹਾਨੂੰ ਆਪਣੇ ਏਰੀਆ ਦੀ ਗੱਲ ਦੱਸਦਾ ਹੈਗਾ ਕਿ ਅਸੀਂ ਬੱਸਾਂ ਕੀਤੀਆਂ ਹੋਈਆਂ ਸੀ ਅਰੇਂਜ ਲਾਸਟ ਮਿੰਟ ਦੇ ਉੱਤੇ ਉਹਨਾਂ ਨੇ ਸਾਨੂੰ ਬੱਸਾਂ ਰਿਫਿਊਜ਼ ਕਰ ਦਿੱਤੀਆਂ ਕਿ ਨਹੀਂ ਦੇ ਸਕਦੇ ਗਵਰਨਮੈਂਟ ਦਾ ਹੁਕਮ ਆ ਗਿਆ ਹੈਗਾ ਜੀ 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 ਰਾਈਟ ਫਿਰ ਅਸੀਂ ਟੈਂਪੋ ਟਰੈਵਲ ਕੀਤੇ ਟਰੱਕ ਕੀਤੇ ਉਹਦੇ ਵਿੱਚ ਬੰਦ ਲੱਗਦਾ ਕਿ ਸਰਕਾਰ ਨੇ ਜਿਹੜਾ ਹੈਗਾ ਆਫਕੋਰਸ ਜੀ 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 ਵੈਰੀ ਇਟ ਡਿਨਾਈ ਓਕੇ ਜੰਗਵੀਰ ਇਹਨਾਂ ਦਾ ਕਹਿਣਾ ਕਿ ਸਰਕਾਰ ਨੇ ਸਾਡੀਆਂ ਬੱਸਾਂ ਤੇ ਆਉਣ ਤੋਂ ਵੀ ਲੋਕਾਂ ਨੂੰ ਰੁਕਿਆ ਬੱਸਾਂ ਨੂੰ ਹੀ ਰੋਕ ਦਿੱਤਾ ਜੀ ਜੰਗਵੀਰ ਇੱਕ ਕੇਸ ਆਫ ਗ੍ਰੇਪਸ ਹੈਵਿੰਗ ਗੋਨ ਸਾਰ ਜਦੋਂ ਆਪਣਾ ਫੀਲਡ ਲੈਵਲ ਤੇ ਕੰਮ ਨਾ ਹੋਏ ਉਹ ਤੋਂ ਸਕਸੈਸਿਵ ਜੋ ਮੈਂ ਪਹਿਲੇ ਇੱਕ ਵਾਰ ਥੋੜੀ ਜਿਹੀ ਗੱਲ ਕੀਤੀ ਸੀ ਤੁਸੀਂ ਬਿਟਰੇਲ ਕੀਤੀ ਹੋਏ ਸ਼੍ਰੀ ਅਰਵਿੰਦ ਕੇਜਰੀਵਾਲ ਇੱਥੇ ਆਏ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਪੰਜਾਬੀ ਫਾਰਮਰਸ ਦੇ ਨਾਲ ਹੈ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਤੇ ਅਸੀਂ ਐਸ ਓਐਲ ਨਹੀਂ ਬਣਨ ਦਾਂਗੇ ਦਿੱਲੀ ਜਾ ਕੇ ਪੁੱਠਾ ਜਵਾਬ ਦਿੱਤਾ ਉਹਦੇ ਬਾਅਦ ਕਹਿੰਦੇ ਜੀ ਅਸੀਂ ਨਿਊਟਰਲ ਜਵਾਬ ਦੇਵਾਂਗੇ ਨਿਊਟਰਲ ਜਵਾਬ ਦਿੰਦੇ ਦਿੰਦੇ ਆਪਣਾ ਕਾਉਂਸਲ ਕੱਢਤਾ ਜੋ ਕਾਉਂਸਲ ਨੇ ਅੱਖਾਂ ਕਢਾਈ ਕੱਢਿਆ ਫਿਰ ਦੁਬਾਰਾ ਚੇਂਜ ਕਰਤਾ ਫਿਰ ਕਹਿੰਦੇ ਦੁਬਾਰਾ ਦੇਾਂਗੇ ਫਿਰ ਕਹਿੰਨੇ ਐਫੀਡੇਵਿਟ ਦੇਣਗੇ ਉਹ ਕਿੰਨੀ ਵਾਰ ਝੂਠ ਬੋਲਣਗੇ ਸਿਰਫ ਐਸਓਐਲ ਦਾ ਇਸ਼ੂ ਨਹੀਂ ਹੈ ਈਵਨ ਜਿਹੜੇ ਸਿੱਖ ਇਸ਼ੂ ਸੀਗੇ ਜਿਹੜੇ ਲੋਕਾਂ ਨੂੰ ਟੱਚ ਕਰਦੇ ਸੀ ਉਹਨਾਂ ਦੇ ਰਿਲੀਜੀਅਸ ਸੈਂਟੀਮੈਂਟਸ ਹਰਟ ਹੋ ਟੱਚ ਕਰਦੇ ਸੀ ਉਹਨਾਂ ਤੇ ਵੀ ਸਿੱਖ ਦੇ ਅਗੇਂਸ ਇਹਨਾਂ ਨੇ ਸਟੈਂਡ ਲਿਆ ਇਸ ਕਰਕੇ ਜਿਹੜਾ ਪੰਜਾਬੀ ਫਾਰਮਰ ਹੈ ਜਿਹੜੇ ਸਿੰਘ ਹੈ ਇਹਨਾਂ ਨੇ ਇਹਨਾਂ ਨੂੰ ਠੀਕਾ ਉਹਦਾ ਰਿਸਪੌਂਸ ਨਹੀਂ ਮਿਲਿਆ ਐਸ ਵੀ ਐ ਜਿਹੜਾ ਜਵਾਬ ਨਹੀਂ ਮਿਲਿਆ ਉਹ ਕੇ ਤੇ ਉਹਦੇ ਬਾਅਦ ਕਹਿ ਦਿਓ ਜੀ ਜਿਸ ਨੇ ਰੋਕਤਾ ਕਰਤਾ ਜੀ ਜੀ ਐਸ ਵੀ ਐ ਐਸ ਵੀ ਲ ਤੇ ਤੇ ਪਿਆਉ ਜਿਹੜੇ ਦੇ ਉੱਤੇ ਉਹਦੇ ਉੱਤੇ ਤੁਸੀਂ ਬਹੁਤ ਵਾਰੀ ਬਹਿਸ ਕਰਾ ਚੁੱਕੇ ਹੋ ਮੈਂ ਇੱਥੇ ਆ ਚੁੱਕਾ ਹੈਗਾ ਰਾਈਟ ਔਰ ਹੋਰ ਵੀ ਬੰਦੇ ਆਏ ਹੋਣ ਡੈਟ ਹੈਸ ਬੀਨ ਡਿਸਕਸਡ ਇਨ ਡਿਫੇਟ ਓਕੇ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਆਪਾਂ ਇਸ ਮੁੱਦੇ ਇਹਨਾਂ ਮੁੱਦਿਆਂ ਤੇ ਮੈਂ ਦੁਬਾਰਾ ਤੁਹਾਡੇ ਨਾਲ ਗੱਲ ਕਰਾਂਗਾ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅੰਦਰ ਜਿਹੜਾ ਇਕੱਠੇ ਹੋ ਕੇ ਡਿਮੋਨਸਟ੍ਰੇਸ਼ਨ ਕੀਤਾ ਹੈ ਕਿਹੜੇ ਇਸ਼ੂ ਆ ਕਾਂਗਰਸ ਪਾਰਟੀ ਉਹਨਾਂ ਮੁੱਦਿਆਂ ਤੇ ਕਿਵੇਂ ਸੋਚਦੀ ਹੈ ਆਪਣੇ ਮਹਿਮਾਨਾਂ ਨਾਲ ਦੋ ਪੜਾਵੀ ਚਰਚਾ ਸੀ ਇਹਨਾਂ ਮੁੱਦਿਆਂ ਤੇ ਕਰ ਰਹੇ ਆ ਪਹਿਲੇ ਪੜਾਵੀ ਚਰਚਾ 'ਚ ਮੇਰੇ ਨਾਲ ਸ਼ਾਮਲ ਹੋਣ ਦੇ ਲਈ ਜੰਗਵੀਰ ਜੀ ਕਾਨ੍ਹੇ ਸੀਧੀ ਸਿੰਘ ਕੰਬੋਜ ਤੇ ਬਾਲੀ ਸਾਹਿਬ ਅਤੇ ਨਹੀਂ ਮਹਿਮਾਨਾਂ ਦਾ ਧਰਮਾਦੀ ਹੈ ਕਈ ਅਹਿਮ ਜਿਹੜੇ ਇਦਾਂ ਦੇ ਗਰਮੀ ਨਾਲ ਪੱਖੇ ਵੀ ਸਵਾਲ ਹੈ ਉਹ ਅਜੇ ਕਰਨੇ ਬਾਕੀ ਹੈ ਉਹ ਅਸੀਂ ਦੂਜੇ ਪੜਾਵੀ ਚਰਚਾ 'ਚ ਸਾਂਝੇ ਕਰਾਂਗੇ